ਕ੍ਰਿਕਟ ਕੀ ਦੁਨੀਆ 'ਚ ਨਵਾਂ ਕੀਰਤੀਮਾਨ ਸਥਾਪਿਤ ਕਰਨ ਵਾਲੀ ਭਾਰਤ ਦੀ ਮਹਿਲਾ ਕ੍ਰਿਕਟਰ ਖਿਡਾਰਨ ਹਰਮਨਪ੍ਰੀਤ ਵੱਲੋਂ ਬੀਤੇ ਦਿਨ ਇੰਗਲੈਂਡ ਵਿਖੇ ਹੋਏ ਵਿਸ਼ਵ ਕੱਪ ਮਹਿਲਾ ਕ੍ਰਿਕਟ ਟੂਰਨਾਮੈਂਟ ਦੀ ਸੈਮੀਫਾਈਨਲ 'ਚ ਮੈਚ ਦੌਰਾਨ ਆਸਟ੍ਰੇਲੀਆ ਵਿਰੁੱਧ ਧਮਾਕੇਦਾਰ ਪਾਰੀ ਖੇਡਣ ਉਪਰੰਤ ਅੱਜ ਪਹਿਲੀ ਵਾਰ ਆਪਣੇ ਜੱਦੀ ਸ਼ਹਿਰ ਮੋਗਾ ਪਹੁੰਚਣ 'ਤੇ ਹਰਮਨਪ੍ਰੀਤ ਦਾ ਜ਼ਿਲ੍ਹਾ ਪ੍ਰਸ਼ਾਸਨ ਦੀ ਅਗਵਾਈ ਹੇਠ ਸ਼ਾਹੀ ਸਵਾਗਤ ਕੀਤਾ ਗਿਆ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰਮਨਪ੍ਰੀਤ ਨੂੰ ਘਰ ਲਿਜਾਣ ਲਈ ਬੇਕਾਇਦਾ ਤੌਰ 'ਤੇ ਉਲੀਕੇ ਰੂਟ ਪਲਾਨ ਤਹਿਤ ਖੁੱਲ੍ਹੀ ਜੀਪ ਵਿੱਚ ਸਵਾਰ ਕੀਤਾ ਗਿਆ। ਹਰਮਨ ਦੇ ਨਾਲ ਉਸ ਦੇ ਪਿਤਾ ਹਰਮਿੰਦਰ ਸਿੰਘ, ਵਿਧਾਇਕ ਡਾਕਟਰ ਹਰਜੋਤ ਕਮਲ ਸਿੰਘ, ਵਿਧਾਇਕ ਦਰਸ਼ਨ ਸਿੰਘ ਬਰੜ ਅਤੇ ਪ੍ਰਸ਼ਾਸਨਿਕ ਅਧਿਕਾਰੀ ਸਵਾਰ ਸਨ, ਜਦਕਿ ਹਰਮਨ ਦੀ ਜੀਪ ਦੇ ਅੱਗੇ ਮੋਟਰਸਾਈਕਲ 'ਤੇ ਸਵਾਰ ਨੌਜਵਾਨ ਅਤੇ ਪਿੱਛੇ ਪੁਲਿਸ ਦੀਆਂ ਗੱਡੀਆਂ 'ਤੇ ਨੌਜਵਾਨ ਖਿਡਾਰਨ ਦਾ ਸਨਮਾਨ ਵਿੱਚ ਵਾਧਾ ਕਰ ਰਹੀਆਂ ਸਨ। ਖੁੱਲ੍ਹੀ ਜੀਪ 'ਚ ਸਵਾਰ ਹਰਮਨ ਅਤੇ ਪੂਰਾ ਕਾਫਲਾ ਲੜਿੱਕੇ ਦੇ ਬੱਸ ਸਟੈਂਡ, ਅਲਾਕਸਰ ਚੌਂਕ, ਮੇਨ ਬਾਜ਼ਾਰ, ਰੇਲਵੇ ਸਟੇਸ਼ਨ, ਰੇਲਵੇ ਅੰਡਰਬ੍ਰਿਜ, ਗੁਰੂ ਨਾਨਕ ਕਾਲਜ ਰੋਡ 'ਤੇ ਹੁੰਦਾ ਹੋਇਆ ਹਰਮਨਪ੍ਰੀਤ ਦੇ ਘਰ ਦੁਨੀਕੇ ਜਾ ਪੁੱਜਾ। ਮੋਗਾ ਤੋਂ ਹਰਪਾਲ ਸਿੰਘ, ਜੀਵੇ ਪੰਜਾਬ ਟੀਵੀ।